ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੇ ਆਪਣੇ ਆਪ ਨੂੰ ਪੰਥ ਘੁਕਾਉਂਦੇ ਆ, ਜਿਹੜੇ ਆ ਸੋਸ਼ਲ ਮੀਡੀਆ 'ਤੇ ਰੌਲਾ ਪਾਉਂਦੇ ਆ, ਕਹਿੰਦੇ ਆ ਕਿ ਭਾਈ ਬਲਦੇਵ ਸਿੰਘ ਵਡਾਲਾ ਨੇ ਫਰੀਦਕੋਟ ਹਲਕੇ ਤੋਂ ਕੈਪਟਨ ਬਹਾਦਰ ਸਿੰਘ ਨੂੰ 19 ਅਪ੍ਰੈਲ ਨੂੰ ਨਾਮਜ਼ਦ ਕੀਤਾ ਔਰ 7 ਤਰੀਕ ਨੂੰ ਸਭ ਤੋਂ ਪਹਿਲਾਂ ਕੈਪਟਨ ਬਹਾਦਰ ਸਿੰਘ ਨੇ ਕਾਗਜ਼ ਭਰਿਆ। ਮੈਂ ਇਹ ਜਿਹੜੇ ਪੰਥਕ ਲੀਡਰ ਨੇ, ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਇਹਨਾਂ ਤੋਂ ਕਿ ਜਿਹਨੇ ਸਭ ਤੋਂ ਪਹਿਲਾਂ ਕਾਗਜ਼ ਭਰਿਆ ਉਹਨੂੰ ਬੈਠਣਾ ਚਾਹੀਦਾ ਜਾਂ ਜਿਹੜਾ ਸਭ ਤੋਂ ਬਾਅਦ 'ਚ ਭਰਦਾ? ਸਰਬਜੀਤ ਸਿੰਘ ਨੇ ਬਾਅਦ ਦੇ ਵਿੱਚ ਕਾਗਜ਼ ਭਰਿਆ। ਅਸੀਂ ਇਹ ਗੱਲ ਨੂੰ ਸਮਝਦੇ ਹਾਂ ਚੰਗੀ ਤਰ੍ਹਾਂ ਕਿ ਸਰਬਜੀਤ ਸਿੰਘ ਦੇ ਪਰਿਵਾਰ ਦੀ ਕੌਮ ਨੂੰ ਬਹੁਤ ਵੱਡੀ ਦੇਣਾ, ਇਹਨਾਂ ਦੇ ਪਿਤਾ ਨੇ ਕੌਮ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ। ਤਾਂ ਮੈਂ ਪੰਥਕ ਵੀਰਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਆ ਜਿਹੜਾ ਸਾਡੇ ਦੇਸ਼ ਦਾ ਸਿਪਾਹੀ ਆ, ਇਹਨੇ ਦੇਸ਼ ਵਾਸਤੇ ਕੁਛ ਨਹੀਂ ਕੀਤਾ? ਇਹਨੇ ਵੀ ਦੇਸ਼ ਵਾਸਤੇ ਲੜੀ ਆ, ਕੀ ਤੁਹਾਡੇ ਹੁਣ ਇਹ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ ਨੇ? ਅਸੀਂ ਸਭ ਜਾਣਦੇ ਹਾਂ ਤੁਹਾਡੀਆਂ ਗੱਲਾਂ ਨੂੰ, ਕਿਉਂਕਿ ਲੋਕਾਂ ਨੂੰ ਪਤਾ ਜਿਹੜਾ ਬਲਦੇਵ ਸਿੰਘ ਵਡਾਲਾ ਦਾ ਜਾਗਦੀ ਜ਼ਮੀਰ ਵਾਲਾ ਹੈ। ਇਸ ਕਰਕੇ ਜੇ ਇਹਦੇ ਵਿੱਚ ਕਾਮਯਾਬ ਹੋ ਗਿਆ ਤਾਂ ਇਹ ਅੱਗੇ ਵਾਸਤੇ ਹੋਰ ਵੀ ਬੁਲੰਦੀਆਂ ਸ਼ੁਰੂ ਹੋਊਗਾ, ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਅਤੇ ਹੁਣ ਮੈਂ ਅਖੀਰ ਦੇ ਵਿੱਚ ਸਿੱਖ ਸੰਗਤਾਂ ਨੂੰ ਆਖਰ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਵੀ ਵੀਰੋ, ਜਿਹਨੇ ਪਹਿਲਾਂ ਕਾਗਜ਼ ਦਾਖਲ ਕੀਤਾ ਉਹਨੂੰ ਬੈਠਣਾ ਚਾਹੀਦਾ ਜਾਂ ਜਿਹਨੇ ਸਭ ਤੋਂ ਬਾਅਦ 'ਚ ਕਾਗਜ਼ ਦਾਖਲ ਕੀਤੇ ਆ ਉਸਨੂੰ ਬੈਠਣਾ ਚਾਹੀਦਾ? ਇਹ ਹੁਣ ਫੈਸਲਾ ਸੰਗਤ ਕਰੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਥਕ ਲੀਡਰਾਂ ਤੋਂ ਇਹ ਪੁੱਛਣਾ ਚਾਹੁੰਦਾ ਕਿ ਜੋ ਆਹ ਸੀਟ ਹੈ ਫਰੀਦਕੋਟ ਵਾਲੀ, ਇੱਥੋਂ ਕੈਪਟਨ ਬਹਾਦਰ ਸਿੰਘ ਖੜ੍ਹਾ, ਦੂਸਰਾ ਸਰਬਜੀਤ ਸਿੰਘ ਖੜ੍ਹਾ। ਮੈਂ ਪੰਥਕ ਲੀਡਰਾਂ ਤੋਂ ਇਹ ਪੁੱਛਣਾ ਚਾਹੁੰਦਾ ਕਿ ਇਹ ਇਹ ਫਰੀਦਕੋਟ ਵਾਲੀ ਸੀਟ ਤੋਂ ਤੁਹਾਨੂੰ ਇੰਨੀ ਤਕਲੀਫ ਕਿਉਂ ਆ? ਬਲਦੇਵ ਸਿੰਘ ਵਡਾਲਾ ਨੇ ਤਾਂ ਹੋਰ ਸੀਟਾਂ ਤੋਂ ਵੀ ਬਹੁਤ ਸਾਰੇ ਬੰਦੇ ਕਢਾਏ ਆ, ਇੱਥੋਂ ਹੀ ਤੁਹਾਨੂੰ ਤਕਲੀਫ ਆ? ਬਹਾਦਰ ਸਿੰਘ ਇੱਕ ਫੌਜ ਦਾ ਸਿਪਾਹੀ ਆ ਜਿਹਨੇ ਬਾਰਡਰਾਂ 'ਤੇ ਲੜ ਕੇ ਦੁਸ਼ਮਣ ਦੇ ਦੰਦ ਖੱਟੇ ਕਰਵਾਇਆ। ਕੀ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਪਹੁੰਚੂਗਾ ਕਿ ਸਾਡੇ ਦੇਸ਼ ਵਾਸਤੇ ਜਾਂ ਭ੍ਰਿਸ਼ਟਾਚਾਰੀਆਂ ਵਾਸਤੇ ਲੜੂ ਨਹੀਂ? ਸਾਨੂੰ ਪੂਰੀ ਉਮੀਦ ਆ ਬਹਾਦਰ ਸਿੰਘ ਪੂਰਾ ਬਹਾਦਰੀ ਦੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਲੜੂਗਾ। ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡੇ ਕੋਲੋਂ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।